ਅੱਜ ਦੁੱਖ ਤੇ ਅਫਸੋਸ ਇਸ ਗੱਲ ਦਾ ਕਿ ਉਹ ਪਾਰਟੀ ਜਿਹਦੀ ਲੋਕ ਸਭਾ ਦੇ ਅੰਦਰ ਜੜ ਪੰਜਾਬ ਦੇ ਲੋਕਾਂ ਨੇ ਲਾਈ 2014 ਦੇ ਵਿੱਚ 4 ਮੈਂਬਰ ਪਾਰਲੀਮੈਂਟ ਦੇ ਤਾਂ ਅੱਜ ਉਹ ਪੰਜਾਬ ਦੇ ਲੋਕਾਂ ਦੇ ਨਾਲ ਰਾਜਨੀਤੀ ਕਰ ਰਹੇ ਦੇਸ਼ ਦੇ ਅੰਦਰ ਇਸ ਕਾਲੇ ਕਾਨੂੰਨ ਨੂੰ ਗਜ਼ਟ ਨੋਟੀਫਾਈ ਕਰਨ ਵਾਲਾ ਕੇਜਰੀਵਾਲ ਸਰਕਾਰ ਪਹਿਲੇ ਨੰਬਰ ਤੇ ਆਈ ਹੈ ਇੱਥੋਂ ਤੱਕ ਕਿ ਬੀਜੇਪੀ ਦੇ ਸ਼ਾਸਿਤ ਪ੍ਰਦੇਸ਼ ਜਿਹੜੇ ਆ ਜਿੱਥੇ ਮੁੱਖ ਮੰਤਰੀ ਦੇ ਸਰਕਾਰਾਂ ਬੀਜੇਪੀ ਪਾਰਟੀ ਦੇ ਹਜੇ ਗਜ਼ਟ ਨੋਟੀਫਾਈ ਉਹਨਾਂ ਸਰਕਾਰਾਂ ਨੇ ਵੀ ਨਹੀਂ ਕੀਤਾ ਕੇਜਰੀਵਾਲ ਸਾਹਿਬ ਕਰਦੇ ਆ ਦਿੱਲੀ ਦੀ ਵਿਧਾਨ ਸਭਾ ਦੇ ਅੰਦਰ ਕੀ ਗੱਲ ਕੇਜਰੀਵਾਲ ਸਾਹਿਬ ਨੂੰ ਯਾਦ ਨਹੀਂ ਆਇਆ ਮੈਂ ਇਹ ਗੱਲ ਤਸਦੀਕ ਕਰੂੰਗਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਮੈਂ ਇਸ ਗੱਲੋਂ ਉਹਨਾਂ ਦੀ ਤਾਰੀਫ ਵੀ ਕਰੂੰਗਾ ਵੀ ਉਹ ਪੰਜਾਬ ਵਿਧਾਨ ਸਭਾ ਦੇ ਅੰਦਰ ਰੱਦ ਕਰਨ ਵਾਸਤੇ ਅਸੀਂ 300 ਕਿਲੋਮੀਟਰ ਲੰਬੀ ਸਾਈਕਲ ਯਾਤਰਾ ਕਰਕੇ ਡਿਮਾਂਡ ਕੀਤੀ ਕਿ ਇਹਨਾਂ ਆਰਡੀਨੈਂਸ ਸੀਗੇ ਉਦੋਂ ਬਿੱਲ ਨਹੀਂ ਸੀ ਬਣਿਆ ਵੀ ਇਹਨਾਂ ਨੂੰ ਵਿਧਾਨ ਸਭਾ ਦੇ ਅੰਦਰ ਲਿਆ ਕੇ ਰੱਦ ਕੀਤਾ ਜਾਵੇ ਆਰਡੀਨੈਂਸਾਂ ਨੂੰ ਅਸੀਂ ਇੱਕ ਮੈਸੇਜ ਦਿੱਤਾ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਅਸੀਂ ਦੁਨੀਆ ਨੂੰ ਮੈਸੇਜ ਦੇ ਕੇ ਯੂਨਾਈਟ ਕਰਨ ਦੇ ਵਿੱਚ ਕੀ ਗੱਲ ਕੇਜਰੀਵਾਲ ਸਾਹਿਬ ਨੂੰ ਇਹ ਰਸਤਿਆਂ ਦਾ ਨਹੀਂ ਸੀ ਪਤਾ ਉਹ ਸਿਰਫ ਤੇ ਸਿਰਫ ਵੋਟਾਂ ਦੀ ਰਾਜਨੀਤੀ ਕਰਦੇ ਆ ਨਥਿੰਗ ਗੱਲ ਸਭ ਤੋਂ ਵੱਡਾ ਜੇ ਕੋਈ ਝੂਠ ਬੋਲਣ ਦਾ ਨਮੂਨਾ ਦੇਖਣਾ ਹੋਵੇ ਨਾ ਮਾਡਲ ਝੂਠ ਬੋਲਣ ਦਾ ਤੇ ਉਹ ਆਮ ਆਦਮੀ ਪਾਰਟੀ ਕੋਲੇ ਆ ਇਹ ਉਹੀ ਅਰਵਿੰਦ ਕੇਜਰੀਵਾਲ ਸਾਹਿਬ ਹੈਗੇ ਜਿਹੜੇ ਸਾਨੂੰ ਪਾਣੀ ਦੀ ਕੀਮਤ ਭੇਜਦੇ ਸੀ ਇਹ ਉਹੀ ਅਰਵਿੰਦ ਕੇਜਰੀਵਾਲ ਸਾਹਿਬ ਹੈ ਜਿਹੜੇ 2017 ਦੇ ਬਾਦਲਾਂ ਦੀਆਂ ਬੱਸਾਂ ਬੰਦ ਕਰਕੇ ਸਾਡੇ ਪੰਜਾਬ ਦੇ ਬੇਰੁਜ਼ਗਾਰ ਯੂਥ ਨੂੰ ਬੱਸਾਂ ਦੇ ਪਰਮਿਟ ਦੇਣ ਦੀਆਂ ਗੱਲਾਂ ਕਰ ਦਿੱਤੀਆਂ ਅੱਜ ਇੰਡੋ ਕੈਨੇਡੀਅਨ ਏਅਰਪੋਰਟ ਤੇ ਰੋਡਵੇਜ ਨਹੀਂ ਜਾਂਦੀ ਸਾਡੀ ਵੋਲਵੋ ਰੋਡਵੇਜ ਬੰਦ ਹੋ ਗਈ ਉਹ ਕਿਹਨੇ ਬੰਦ ਕੀਤੀ ਇਹ ਝੂਠ ਬੋਲਣ ਦਾ ਮਾਡਲ ਜਿਹੜਾ ਸਭ ਤੋਂ ਵੱਡਾ ਉਹ ਆਮ ਆਦਮੀ ਪਾਰਟੀ ਦੇ ਕੋਲ ਹੈ ਜਿੰਨਾ ਮਰਜ਼ੀ ਦੋਸਤ ਨਾਲ ਤੋਂ ਝੂਠ ਬੁਲਾ ਲਓ ਅਸੀਂ ਨੇੜੇ ਰਹਿ ਕੇ ਦੇਖਿਆ ਝੂਠ ਬੋਲਣ ਦੇ ਵਿੱਚ ਜਿਹੜੀ ਮੁਹਾਰਤ ਜਿਹੜੀ ਐਕਸਪਰਟ ਕੰਮ ਜਿਹੜਾ ਉਹ ਆਮ ਆਦਮੀ ਪਾਰਟੀ ਬਾਕੀ ਹੋਰ ਕਿਸੇ ਕੋਲੇ ਨਹੀਂ ਹੈਗਾ।